ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਕੀ ਰਿਐਕਸ਼ਨ ਆ ਜਦੋਂ ਮੇਅਰ ਡਗ ਮੁਕੱਲਮ ਨੇ ਐਲਾਨ ਕੀਤਾ ਕਿ ਅਸੀਂ 60 ਹਜ਼ਾਰ ਸੀਟਾਂ ਦਾ ਇੱਕ ਸਟੇਡੀਅਮ ਬਣਾਉਣਾ ਚਾਹੁੰਦੇ ਆ। ਲਖੋ ਇਹ ਜਿਹੜੇ ਹੈਗੇ ਹਾਸੋ ਵੀ ਨਹੀਂ ਇਹ ਗੱਲ ਹੈ ਕਿ ਕਿਉਂਕਿ ਇਹ ਡਗ ਮੁਕੱਲਮ ਚਾਹੁੰਦੇ ਨੇ ਕਿ ਲੋਕ ਉਹਨਾਂ ਦੇ ਫੇਲਿਅਰ ਤੇ ਫੋਕਸ ਨਾ ਕਰਨ। ਕਿਉਂਕਿ ਉਹ ਟੈਂਸ਼ਨ ਡਾਇਵਰਟ ਕਰਨੀ ਚਾਹੁੰਦੇ ਸੀ ਮੀਡੀਆ ਦੇ ਵਿੱਚ ਤਾਂ ਕਿ ਜਿਹੜੇ ਉਹਨਾਂ ਦੇ ਫੇਲਿਅਰਸ ਨੇ ਚਾਹੇ ਉਹਨਾਂ ਦਾ ਜਿਹੜੇ ਕ੍ਰਿਮੀਨਲੀ ਚਾਰਜ ਹੈਗੇ ਨੇ ਚਾਰजेस ਲੱਗੇ ਨੇ ਉਹਨਾਂ ਤੇ ਮਿਸਚੀਫ ਦੇ ਲੋਕਾਂ ਨੇ ਪਬਲਿਕ ਮਿਸਚੀਫ ਇਨਫੈਕਟ ਉਹ ਤੋਂ ਅਸੇ ਲੋਕਾਂ ਦੀ ਟੈਨਸ਼ਨ ਲੇ ਜਾਣ ਲਈ ਇਹ ਹਸੋਰਨਾ ਐਲਾਨ ਜਿਹੜਾ ਉਹ ਕੀਤਾ ਲੋਕਾਂ ਦੀ ਬਿਲ ਸੀਗੀ ਕਿ ਲੋਕ ਚਾਹੁੰਦੇ ਸੀ ਸਕਾਈ ਟ੍ਰੇਨ ਬਣੇ ਠੀਕ ਹੈ ਉਹਦੇ ਉੱਤੇ ਜੇ ਕੰਟਰੀਬਿਊਸ਼ਨ ਹੋਈ ਆ ਤਾਂ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ 40% ਤੇ ਫੈਡਰਲ ਗਵਰਨਮੈਂਟ ਦੀ 40% ਆ ਇਹਨਾਂ ਨੂੰ ਪੁੱਛੋ ਵੀ ਕਿੰਨੀ ਦਵਾਨੀ ਜਿਹੜੀ ਆ ਉਹ ਇਹਨਾਂ ਨੇ ਭਾਈ ਹੋਰ ਤੁਸੀਂ ਕੀ ਤਬਦੀਲੀਆਂ ਲੈ ਕੇ ਆਉਣਾ ਚਾਹੁੰਦੇ ਹੋ ਸਿਟੀ ਹਾਲ ਦੇ ਵਿੱਚ ਇੱਕ ਤਾਂ ਗੱਲ ਇਹ ਹੋ ਗਈ ਮਹੱਤਵਪੂਰਨ ਕਿਉਂਕਿ ਗੱਲ ਪੁਲਿਸ ਵਾਲੇ ਹੀ ਘੁੰਮੀ ਜਾਂਦੀ ਹੈ ਹੋਰ ਬਹੁਤ ਸਮੱਸਿਆਵਾਂ ਹਨ ਬਿਲਕੁਲ ਤੁਸੀਂ ਸਹੀ ਕਿਹਾ ਆਮ ਸਧਾਰਨ ਬੰਦਾ ਤਰਾ ਤਰਾ ਕਰਦਾ ਉਹਨਾਂ ਦੇ ਟੈਕਸ ਜਿਹੜੇ ਨੇ ਉਹ ਵੱਧ ਚੁੱਕੇ ਆ ਉਹਨਾਂ ਨੇ ਜੇ ਕੋਈ ਨਿੱਕਾ ਮੋਟਾ ਪ੍ਰੋਜੈਕਟ ਕਰਨਾ ਉਹਦੀ ਵੇਟ ਟਾਈਮ ਪਤਾ ਹੀ ਨਹੀਂ ਸਿਰਫ ਤੇ ਸਿਰਫ ਜਿਹੜੇ ਹੈਗੇ ਮੇਅਰ ਮੁਕੱਲਮ ਚੰਦ ਬੰਦਿਆਂ ਦੇ ਜਿਹੜੇ ਹੈਗੇ ਨੇ ਉਹ ਚਿਹਤੇ ਜਿਹੜੇ ਉਹਨਾਂ ਦੇ ਪਪਪਟ ਬਣ ਕੇ ਰਹਿ ਗਏ ਉਹਨਾਂ ਨੂੰ ਸਰਵ ਕੀਤਾ ਨਾ ਕੇਸਰੀ ਦੇ ਲੋਕਾਂ ਨੂੰ ਤੁਸੀਂ ਸ਼ਾਮਿਲ ਹੋ ਦਹਰਜਿੰਦਰ ਫਿਲਮ ਸ਼ੋਅ ਵਿੱਚ ਅ ਸਾਡੇ ਨਾਲ ਅੱਜ ਸੁਖਤਾਲੀ ਵਾਲਜੀ ਸ਼ਾਮਿਲ ਹੋ ਰਹੇ ਨੇ 6 ਸਲੇਟਾਂ ਨੇ ਜਾਂ 7 ਹੋ ਗਈਆਂ ਸ਼ਾਇਦ ਐਤਕੀ ਬਹੁਤ ਸਲੇਟਾਂ ਲੋਕਾਂ ਦੀ ਬੜੀ ਦਿਲਚਸਪੀ ਹੈ ਸਰਦੀ ਦੀ ਮਿਊਸਪਲ ਇਲੈਕਸ਼ਨ ਦੇ ਵਿੱਚ ਸਾਰੇ तकरीबन ਜਿਹੜੇ ਮੁੱਖ ਲੀਡਰ ਨੇ ਜਾਂ ਉਮੀਦਵਾਰ ਨੇ ਉਹ ਹੰਡੇ ਵਰਤੇ ਪੋਲਿਟਿਸ਼ੀਅਨਸ ਨੇ ਲੇਟਲੀ ਹੁਣ ਇੱਕ ਜਿਹੜੇ ਮੌਜੂਦਾ ਮੇਅਰ ਨੇ ਡਾਕ ਮੁਕੱਲਮ ਉਹਨਾਂ ਨੇ ਐਲਾਨ ਕੀਤਾ ਕਿ ਮੈਂ 60000 ਸੀਟਾਂ ਦਾ ਇੱਕ ਸਟੇਡੀਅਮ ਬਣਾਵਾਂਗਾ ਸੁਖਤਾਲੀਵਾਲ ਇਸ ਬਾਰੇ ਕੀ ਸਮਝਦੇ ਨੇ ਬਾਕੀ ਉਹਨਾਂ ਦੀ ਕੈਂਪੇਨ ਕਿਵੇਂ ਚੱਲ ਰਹੀ ਹੈ अनेकाਵਾਰ ਹੋ ਇਤੋਂ ਸਰੀ ਨਿਊਟਨ ਚੋਂ ਐਮਪੀ ਚੁਣੇ ਜਾ ਚੁੱਕੇ ਹਨ ਉਹ ਕਹਿੰਦੇ ਨੇ ਕਿ 15000 ਵੋਟਰਾਂ ਦੀ ਸੂਚੀ ਉਹਨਾਂ ਦੇ ਪਰਸਨਲ ਰਜਿਸਟਰ ਦੇ ਉੱਤੇ ਹੈ ਸੋ ਦੇਖਦੇ ਹਾਂ ਉਹਨਾਂ ਨਾਲ ਗੱਲਬਾਤ ਕਰਕੇ ਕਿ ਅੱਗੇ ਤੋਂ ਉਹਨਾਂ ਦਾ ਕੀ ਪਲਾਨ ਹੈ ਜੀ ਆਇਆਂ ਨੂੰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵੈਲਕਮ ਧੰਨਵਾਦ ਸਰ ਦਾ ਹਰਜਿੰਦਰ ਸਿੰਘ ਜੀ ਮੇਰੇ ਵੱਲੋਂ ਤੁਹਾਨੂੰ ਔਰ ਤੁਹਾਡੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਕੀ ਰਿਐਕਸ਼ਨ ਆ ਜਦੋਂ ਮੇਅਰ ਡਗ ਮੁਕੱਲਮ ਨੇ ਐਲਾਨ ਕੀਤਾ ਕਿ ਅਸੀਂ 60 ਹਜ਼ਾਰ ਸੀਟਾਂ ਦਾ ਇੱਕ ਸਟੇਡੀਅਮ ਬਣਾਉਣਾ ਚਾਹੁੰਦੇ ਹਾਂ ਦੇਖੋ ਇਹ ਜਿਹੜੇ ਹੈਗੇ ਹਾਸੋ ਹੋਣੀ ਇਹ ਗੱਲ ਹੈਗੀ ਕਿਉਂਕਿ ਡਗਮ ਕਲਮ ਚਾਹੁੰਦੇ ਨੇ ਕਿ ਲੋਕ ਉਹਨਾਂ ਦੇ ਫੇਲੂਅਰ ਤੇ ਫੋਕਸ ਨਾ ਕਰਨ ਕਿਉਂਕਿ ਉਹ ਟੈਨਸ਼ਨ ਡਾਈਵਰਟ ਕਰਨੀ ਚਾਹੁੰਦੇ ਸੀ ਮੀਡੀਆ ਦੇ ਵਿੱਚ ਤਾਂ ਕਿ ਜਿਹੜੇ ਉਹਨਾਂ ਦੇ ਫੇਲੂਅਰਸ ਨੇ ਚਾਹੇ ਉਹਨਾਂ ਦਾ ਜਿਹੜੇ ਉਹ ਕ੍ਰਿਮੀਨਲੀ ਚਾਰਜ ਹੈਗੇ ਨੇ ਚਾਰਜ ਲੱਗੇ ਨੇ ਉਹਨਾਂ ਤੇ ਮਿਸਚੀਫ ਦੇ ਲੋਕਾਂ ਦੇ ਪਬਲਿਕ ਮਿਸਚੀਫ ਇਨਫੈਕਟ ਉਹ ਤੋਂ ਬੱਸੇ ਲੋਕਾਂ ਦੀ ਟੈਨਸ਼ਨ ਲੇ ਜਾਣ ਲਈ ਇਹਨਾਂ ਨੇ ਇਹ ਹਸੋਣਾ ਐਲਾਨ ਜਿਹੜਾ ਹੈ ਉਹ ਕੀਤਾ ਜਿਹਦੀ ਐਸਪਰੇ ਸਰੀ ਦੇ ਵਿੱਚ ਲੋੜ ਨਹੀਂ 1. ਸਮ ਬਿਲੀਅਨ ਡਾਲਰ ਜਿਹੜੀ ਟੈਕਸ ਫੇਰ ਦੀ ਮਨੀ ਜਿਹੜੀ ਆ ਉਹ ਲਾਉਣ ਦੀ ਇਹ ਪਿਛਲੀ ਵਾਰ ਇਹ ਕਹਿੰਦੇ ਸੀ ਇੱਕ ਮੈ ਨਹਿਰ ਬਣਾ ਦੇਣੀ ਹੈ ਇੱਥੋਂ ਦੀ ਠੀਕ ਹੈ ਨਹੀਂ ਉਹ ਇਹਨਾਂ ਦੀ ਫੈਂਟਸਟਿਕ ਜਿਹੜੀਆਂ ਨੇ ਉਹ ਹੁੰਦੀਆਂ ਨੇ ਉਹ ਇਹ ਕਰਦੇ ਰਹਿੰਦੇ ਆ ਸੋ ਮੇਰੇ ਹਿਸਾਬ ਦੇ ਨਾਲ ਲੋਕਾਂ ਦੇ ਜਿੰਨੀਆਂ ਕਾਲਸ ਮੈਨੂੰ ਇਸ ਬਾਰੇ ਆਈਆਂ ਵੀ ਬਜਾਏ ਕਿ ਉਹ ਇੱਕ 60000 ਸੀਟ ਦਾ ਸਟੇਡੀਅਮ ਬਿਲੀਅਨ ਡਾਲਰ ਤੋਂ ਉੱਤੇ ਲਾ ਕੇ ਬਣਾਉਣ ਜਿਹੜੀ ਪਬਲਿਕ ਸੇਫਟੀ ਹੈਗੀ ਆ ਪੁਲਿਸ ट्रांजिशन ਹੈਗੀ ਆ ਲੋਕਾਂ ਦੇ ਟੈਕਸ ਜਿਹੜੇ ਨੇ ਪਿੱਛੇ ਵਧੇ ਹੈਗੇ ਆ ਉਹ ਜਿਹੜੀ ਹੈਗੀ ਆ ਅਫੋਰਡੇਬਿਲਟੀ ਉਹਦੇ ਉੱਤੇ ਜੇ ਉਹ ਨਜ਼ਰ ਮਾਰ ਸਕਦੇ ਸੀ ਤਾਂ ਬੈਟਰ ਹੁੰਦਾ ਪਰ ਪੁਲਸ ਵਾਲਾ ਤੇ ਸਕਾਈ ਟ੍ਰੇਨ ਵਾਲਾ ਦੋ ਗੱਲਾਂ ਤਾਂ ਫੈਂਟਸੀ ਨਹੀਂ ਸਾਬਤ ਹੋਈਆਂ ਨਹੀਂ ਦੇਖੋ ਜਿਹੜੀ ਪੁਲਿਸ ਆਪਾਂ ਹੁਣ ਗੱਲ ਕਰ ਲਈਏ ਇਹਨੇ ਸ਼ੁਰੂ ਕੀਤੀਆਂ ਫਿਨਿਸ਼ ਤੱਕ ਉਸ ਨਹੀਂ ਕੀਤਾ ਜੇ ਸਕਾਈ ਟ੍ਰੇਨ ਦੀ ਵੀ ਗੱਲ ਕਰਦੇ ਆ ਉਹਦੀ ਫੰਡਿੰਗ ਤਾਂ ਅਸੀਂ ਜਦੋਂ ਲਿੰਡਾ ਹੈਪਨਰ ਸੀਗੇ ਉਦੋਂ ਉਹਨਾਂ ਨੂੰ ਐਲ ਆਰਟੀ ਲਈ ਵੀ ਦੇ ਦਿੱਤੀ ਸੀ ਕਿਉਂਕਿ ਉਹ ਜਿਹੜਾ ਪ੍ਰੋਜੈਕਟ ਸੀਗਾ ਉਹ ਨਿਊਟਨ ਨੂੰ ਜਾਣਾ ਸੀ ਇਹਨਾਂ ਨੇ ਕੀ ਕੀਤਾ ਬਜਾਏ ਨਿਊਟਨ ਦੇ ਉਹ ਜਿਹੜਾ ਸੀਗਾ ਉਹ ਲੈਂਗਲੀ ਨੂੰ ਸਰਵ ਕਰਨ ਲਈ ਸਕਾਈ ਟ੍ਰੇਨ ਠੀਕ ਹੈ ਨਾ ਉਹ ਅਸੀਂ ਇਹਨਾਂ ਦੀ ਵਿਲ ਜਿਹੜੀ ਲੋਕਾਂ ਦੀ ਵਿਲ ਸੀਗੀ ਕਿ ਲੋਕ ਚਾਹੁੰਦੇ ਸੀ ਸਕਾਈ ਟ੍ਰੇਨ ਬਣੇ ਠੀਕ ਹੈ ਨਾ ਉਹਦੇ ਉੱ ਕੰਟਰੀਬਿਊਸ਼ਨ ਹੋਈਆ ਤਾਂ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ 40% ਤੇ ਫੈਡਰਲ ਗਵਰਨਮੈਂਟ ਦੀ 40% ਆ ਇਹਨਾਂ ਨੂੰ ਪੁੱਛੋ ਵੀ ਕਿੰਨੀ ਦਵਾਨੀ ਜਿਹੜੀ ਆ ਉਹ ਇਹਨਾਂ ਨੇ ਭਾਈ ਔਰ ਦੂਸਰਾ ਜਿਹੜਾ ਪੁਲਿਸ ਦੀ ਗੱਲ ਕਰ ਲਈਏ ਪੁਲਿਸ ਦੀ ट्रांजिशन ਜਿਹੜੀ ਹੈਗੀ ਆ ਉਹਦੇ ਵਿੱਚ ਹੱਕ ਚ ਦੇਖੋ ਨਾ ਪਰ ਉਹਦੇ ਵਿੱਚ ਕੀ ਕੀ ਤਾਂ ਇਹਨਾਂ ਨੇ ਉਹਨੂੰ ਪੋਲੀਟੀਕਲ ਫੁੱਟਬਾਲ ਬਣਾ ਲਿਆ ਇੱਕ ਦੂਜੇ ਨਾਲ ਲੜਾਈ ਕੀਤੀ ਇੱਕ ਧਿਰ ਕਹਿੰਦੀ ਸਾਨੂੰ RCMP ਲੈ ਕੇ ਆਵਾਂਗੇ ਦੂਜੀ ਧਿਰ ਕਹਿੰਦੀ ਇਹ ਚਾਹੀਦੀ ਪਰ ਉਹਦੇ ਵਿੱਚ ਇੰਨਾ ਨਹੀਂ ਸਮੂਥ ट्रांजिशन ਨਹੀਂ ਕਿਉਂ ਕਿ ਕੰਸੈਂਸਸ ਜਿਹੜੇ ਨੇ ਉਹ ਜਿਹੜੇ ਨੇ ਡਗ ਮੁਕੱਲਮ ਨਹੀਂ ਬਿਲਡ ਕਰ ਸਕੇ ਕਿਉਂ ਇਹ ਜਿਹੜਾ ਹੈਗਾ ਇਹਨਾਂ ਦਾ ਅਪਰੋਚ ਹੈਗੀ ਮਾਈ ਵੇ ਆਰ ਦੀ ਹਾਈਵੇ ਜੇ ਮੈਂ ਜਿੱਦਾਂ ਚਾਹਣਾ ਉਦਾਂ ਗੱਲ ਮੰਨਣੀ ਹੈ ਤਾਂ ਠੀਕ ਹੈ ਨਹੀਂ ਤਾਂ ਜਿਹੜੇ ਕੰਸੈਂਸਸ ਹੈਗੇ ਨੇ ਉਹ ਇਹ ਬਿਲਡ ਨਹੀਂ ਕੀਤੇ ਔਰ ਦੋਨੇ ਗੱਲਾਂ ਦੇ ਵਿੱਚ ਹਜੇ ਤੱਕ ਜਿਹੜੀ ਹੈਗੀ ਆ ਉਹ ਸਰੀ ਦੇ ਔਰ ਜਦ ਤੁਸੀਂ ਨਿਊਟਨ ਦੀ ਔਰ ਸੌਸਰੀ ਦੀ ਗੱਲ ਕਰਦੇ ਹੋ ਇਹਨਾਂ ਲੋਕਾਂ ਨੂੰ ਜਿਹੜਾ ਇਹਦਾ ਖਾਸ ਨੁਕਸਾਨ ਹੋਇਆ ਹੈਗਾ ਪਿਛਲੀ ਵਾਰੀ ਜਦ ਤੁਸੀਂ ਗੱਲਬਾਤ ਕੀਤੀ ਜਦੋਂ ਐਲਾਨ ਕੀਤਾ ਸੀ ਇਸੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਹਾ ਸੀ ਕਿ ਯਾ ਜਦੋਂ ਟਰਾਂਜੀਸ਼ਨ ਹੋ ਗਈ ਪੁਲਿਸ ਮੈਂ ਹੀ ਰੱਖਾਂਗਾ ਉਹ ਨਹੀਂ ਦੇਰ ਤੱਕ ਦੋਨੇ ਪੁਲਿਸ ਫੋਰਸਸ ਕੰਮ ਕਰਦੀਆਂ ਰਹਿਣਗੀਆਂ ਇਹ ਟਰਾਂਜੀਸ਼ਨ ਬਾਰੇ ਤੁਹਾਡਾ ਕੀ ਖਿਆਲ ਹੈ ਕਿਉਂਕਿ ਕੁਝ ਇੱਕ ਤੁਹਾਡੇ اپੋਨੈਂਟ ਉਮੀਦਵਾਰ ਇਹ ਵੀ ਕਹਿ ਰਹੇ ਕਿ ਸਿੱ ਕੈਨਸਲ ਕਰ ਦੇਣਾ ਹੈ ਬਿਲਕੁਲ ਜਿਹੜਾ ਟਰਾਂਜੀਸ਼ਨ ਜਿਹੜੀ ਆ ਉਹ ਕੈਨਸਲ ਨਹੀਂ ਹੋਣੀ ਕਿ ਅਸੀਂ ਜਿਹੜਾ ਹੈਗਾ ਹੁਣ ਸੋ ਫਾਰ ਆ ਚੁੱਕੇ ਇਹ ਨਹੀਂ ਕਿ ਵੀ ਇੱਕ ਪ੍ਰਾਣੀ ਕਾਉਂਸਲ ਨੇ ਕਿਉਂਕਿ ਇਹ ਇਹ ਡੱਗ ਮੁਕੱਲਮ ਦਾ ਵੇ ਹੋ ਸਕਦਾ ਜਾਂ ਹੋਰ ਕੈਂਡੀਡੇਟਸ ਤਾਂ ਹੋਊਗਾ ਵੀ ਜਿਹੜੀ ਇਟ ਉਤਰ ਗਏ ਉਹਨੂੰ ਚੱਕ ਕੇ ਹੁਣ ਅਸੀਂ ਪਾਸੇ ਕਰਨੀ ਹੈਗੀ ਇਸ ਇਹ ਮੇਰਾ ਫੋਕਸ ਨਹੀਂ ਮੇਰਾ ਫੋਕਸ ਸਰੀ ਦੇ ਲੋਕ ਨੇ ਔਰ ਉਹਦੇ ਵਿੱਚ ਪੁਲਿਸ ਜਿਹੜੀ ਹੈਗੀ ਆ ਉਹਦੀ ट्रांजिशन ਅਸੀਂ ਸਮੂਥਲੀ ਫਿਨਿਸ਼ ਕਰਨੀ ਉਹਦੇ ਵਿੱਚ ਇਹ ਮੈਂ ਜ਼ਰੂਰ ਕਹਿਣਾ ਕਿ ਉਹਦੇ ਵਿੱਚ ਅਸੀਂ ਕਨਫਲਿਕਟ ਨਹੀਂ ਕ੍ਰੀਏਟ ਕਰਨਾ ਇਨਫੈਕਟ ਲੋਕਾਂ ਨੂੰ ਪਾਰਦਰਸ਼ੀ ਲੈ ਕੇ ਆਵਾਂਗੇ ਲੋਕਾਂ ਨੂੰ ਦੱਸਾਂਗੇ ਵੀ ਕਿੰਨੀ ਢੇਰ ਲੱਗੂਗੀ ਕਿੰਨਾ ਪੈਸਾ ਖਰਚ ਹੋਊਗਾ ਤਾਂ ਕਿ ਲੋਕ ਜਿਹੜੇ ਨੇ ਇਹ ਇਨਡੋਰ ਜਿਹੜੀ ਇਹਨਾਂ ਦੀ ਪਾਲਿਸੀ ਆ ਉਹ ਤੋਂ ਦੁਖੀ ਹੋ ਕੇ ਇਹ ਜਿਹੜੀ ਡਿਵੀਜ਼ਨ ਕ੍ਰੀਏਟ ਹੋਈ ਇਨਫੈਕਟ ਜਿਹੜੀ ਹੈਗੀ ਆ ਪੀਪਲ ਜਿਹੜੇ ਨੇ ਉਹ ਕੇਅਰ ਕਰਦੇ ਆ ਵੀ ਸਾਡੀ ਪਬਲਿਕ ਸੇਫਟੀ ਟਾਪ ਪ੍ਰਾਇੋਰਟੀ ਹੋਣੀ ਚਾਹੀਦੀ ਇਹ ਨਹੀਂ ਕਰਦੇ ਕਿ ਉਹਨਾਂ ਦੇ ਬੈਚ ਜਿਹੜਾ ਪੁਲਿਸ ਦਾ ਕਿਹੜਾ ਲੱਗਿਆ ਹੋਣਾ ਚਾਹੀਦਾ ਸੋ ਇਸ ਕਰਕੇ ਉਹਦੇ ਵਿੱਚ ਮੈਂ ਫੇਰ ਕਹਿਣਾ ਕਿ ਜਿਹੜੇ ਇਹ ਕਹਿੰਦੇ ਨੇ ਕੋਈ ਕਹਿੰਦਾ ਜੀ ਮੈਂ ਰੈਫਰੈਂਡਮ ਕਰਾ ਦਾਂਗਾ ਕੋਈ ਕਹਿੰਦਾ ਜੀ ਮੈਂ ਵਾਪਸ ਲਿਆਵਾਂਗਾ ਇਹ ਜਿਹੜੀ ਹੈ ਇਹ ਨਾਮੂਕਣਾ ਇਹ ਹੋਣਾ ਨਹੀਂਗਾ ਇੱਕੋ ਹੀ ਚੀਜ਼ ਜਿਹੜੀ ਅਸੀਂ ਕਰ ਸਕਦੇ ਹਾਂ ਉਹ ਇਹ ਹੈਗੀ ਕਿ ਅਸੀਂ ਰਲ ਮਿਲ ਕੇ ਜਿਹੜਾ ਹੈਗਾ ਲੋਕਾਂ ਨੂੰ ਆਪਣੇ ਕੌਨਫੀਡੈਂਸ ਦੇ ਵਿੱਚ ਲੈ ਕੇ ਜਿਹੜੀ ਪੁਲਿਸ ਦੀ ਟਰਾਂਜੀਸ਼ਨ ਹੈਗੀ ਆ ਉਹਨ ਕਰੀਏ ਤਾਂ ਕਿ ਸਰੀ ਪੁਲਿਸ ਜਿਹੜੀ ਹੈਗੀ ਆ ਉਹ ਇਫੈਕਟਿਵਲੀ ਜਿਹੜੀ ਹੈਗੀ ਆ ਉਹ ਪੁਲਿਸ ਆਫ ਦਿ ਜਸਟਿਸ ਜਿਹੜੀ ਆ ਉਹ ਬਣ ਸਕੇ ਜਲਦੀ ਗੋੜੀ ਹੋਗ ਨੇ ਇੱਕ ਹੋਰ ਸਵਾਲ ਜਿਹੜਾ ਬੜਾ ਮਹੱਤਵਪੂਰਨ ਉਠਾਇਆ ਉਹ ਕਹਿੰਦਾ ਵੀ ਇਹ ਕਾਫੀ ਨਹੀਂ ਕਿ ਪੁਲਿਸ ਅਫਸਰ ਜੇ ਟਰਾਂਜੀਸ਼ਨ ਹੋ ਵੀ ਗਈ ਉਹ ਕਹਿੰਦਾ 300 ਪੁਲਿਸ ਅਫਸਰ ਹੋਰ ਚਾਹੀਦੇ ਦੇਖੋ ਜਿਹੜੀ ਪੁਲਿਸ ਹੈਗੀ ਆ ਉਹ ਤਾਂ ਪਰ ਕੈਪੀਟਾ ਪੁਲਿਸ ਦੀ ਲੋੜ ਹੈਗੀ ਬਾਈ ਦਾ ਟਾਈਮ ਜਿਹੜਾ ਹੈਗਾ ਉਹਦੇ ਵਿੱਚ ਦੇਖੋ ਮੇਰੀ ਗੱਲ ਜਿਹੜੀ ਪੁਲਿਸ ਚੀਫ ਨਾਲ ਵੀ ਮੈਂ ਇਸ ਵਿਸ਼ੇ ਤੇ ਮੀਟਿੰਗ ਕੀਤੀ ਪੁਲਿਸ ਜੂਨੀਅਰ ਨਾਲ ਵੀ ਜਿਹੜੀ ਹੈਗੀ ਸਾਰੀ ਪੁਲਿਸ ਦੀ ਗੱਲ ਕਰਦਾ ਉਹਨਾਂ ਦੇ ਨਾਲ ਵੀ ਇਹ ਜਿਹੜੀ ਮੀਟਿੰਗ ਜਿਹੜੀ ਹੋਈ ਆ ਕਿਉਂਕਿ ਸਾਨੂੰ ਜਿਹੜੀ ਹੈਗੀ ਐਟ ਪਾਰ ਜਿਹੜਾ ਹੈਗਾ ਉਹ ਲੈ ਕੇ ਆਉਣਾ ਪੈਣਾ ਜਿਹੜੇ ਤੁਸੀਂ ਕਹਿੰਦੇ ਹੋ 300 ਬਿਲਕੁਲ ਉਹਦੇ ਵਿੱਚ ਕੋਈ ਦੋ ਰਹਿ ਨਹੀਂ ਹੈਗੀਆਂ ਬਾਈ ਦਾ ਟਾਈਮ ਪੁਲਿਸ ट्रांजिशन ਕੰਪਲੀਟ ਹੁੰਦੀ ਆ ਉਦੋਂ ਤਾਈ 700 800 ਪੁਲਿਸ ਆਫੀਸਰ ਤੋਂ ਵੀ ਜ਼ਿਆਦਾ ਪੁਲਿਸ ਆਫੀਸ ਲੋੜ ਹੈਗੀ ਹੈ ਉਹੀ ਚੀਜ਼ ਹੈਗੀ ਹੈ ਕਿ ਜਿੱਥੇ ਪਾਰਦਰਸ਼ੀ ਜਿਹੜੀ ਹੈਗੀ ਆ ਉਹ ਸਾਹਮਣੇ ਨਹੀਂ ਆ ਰਹੀ ਉਸ ਪਾਰਦਰਸ਼ੀ ਨੂੰ ਮੂਹਰੇ ਲੈ ਕੇ ਆ ਕੇ ਜਿਹੜੀ ਹੈ ਇਫੈਕਟਿਵ ਪੁਲਿਸਿੰਗ ਜਿਹੜੀ ਹੈਗੀ ਆ ਉਹ ਜ਼ਰੂਰੀ ਹੈਗੀ ਆ ਉਹ ਅਸੀਂ ਆਪਣੇ ਏਜੰਡੇ ਤੇ ਹੈਗੀ ਹੈ ਸਾਡੇ ਉਸੇ ਲੈ ਕੇ ਆਵਾਂਗੇ ਹੋਰ ਤੁਸੀਂ ਕੀ ਤਬਦੀਲੀਆਂ ਲੈ ਕੇ ਆਉਣਾ ਚਾਹੁੰਦੇ ਹੋ ਸਿਟੀ ਹਾਲ ਦੇ ਵਿੱਚ ਇੱਕ ਤਾਂ ਗੱਲ ਇਹ ਹੋ ਗਈ ਮਹੱਤਵਪੂਰਨ ਕਿਉਂਕਿ ਗੱਲ ਪੁਲਿਸ ਵਾਲੇ ਹੀ ਘੁੰਮੀ ਜਾਂਦੀ ਹੈ ਹੋਰ ਬਹੁਤ ਸਮੱਸਿਆਵਾਂ ਹਨ ਬਿਲਕੁਲ ਤੁਸੀਂ ਸਹੀ ਕਿਹਾ ਹੁਣ ਜੇ ਤੁਸੀਂ ਦੇਖੋ ਪਿਛਲੇ 4 ਸਾਲ ਦੇ ਵਿੱਚ ਜਿਹੜਾ ਹੈ ਕੁਛ ਵੀ ਅਚੀਵ ਨਹੀਂ ਇੱਥੇ ਹੋਇਆ ਜਿਹੜੇ ਮੇਅਰ ਐਂਡ ਕਾਉਂਸਲਰਾਂ ਉਹਨਾਂ ਨੇ ਲੋਕਾਂ ਨੂੰ ਡਿਵਾਈਡ ਕੀਤਾ ਪਰ ਦੂਸਰੇ ਪਾਸੇ ਜਦੋਂ ਆਪਾਂ ਦੇਖਦੇ ਆ ਆਮ ਸਧਾਰਨ ਬੰਦਾ ਜਦੋਂ ਮੈਨੂੰ ਲੋਕਾਂ ਨੇ ਕਿਹਾ ਆਮ ਸਧਾਰਨ ਬੰਦਾ ਤਰਾ ਤਰਾ ਕਰਦਾ ਉਹਨਾਂ ਦੇ ਟੈਕਸ ਜਿਹੜੇ ਨੇ ਉਹ ਵੱਧ ਚੁੱਕੇ ਆ ਉਹਨਾਂ ਨੇ ਜੇ ਕੋਈ ਨਿੱਖਾ ਮੋਟਾ ਪ੍ਰੋਜੈਕਟ ਕਰਨਾ ਉਹਦੀ ਵੇਟ ਟਾਈਮ ਪਤਾ ਹੀ ਨਹੀਂ ਸਿਰਫ ਤੇ ਸਿਰਫ ਜਿਹੜੇ ਹੈਗੇ ਮੇਅਰ ਮੁਕੱਲਮ ਜੰਦ ਬੰਦਿਆਂ ਦੇ ਜਿਹੜੇ ਹੈਗੇ ਨੇ ਉਹ ਚਹੇਤੇ ਜਿਹੜੇ ਉਹਨਾਂ ਦੇ ਪਪਟ ਬਣ ਕੇ ਰਹਿ ਗਏ ਉਹਨਾਂ ਨੂੰ ਸਰਵ ਕੀਤਾ ਨਾ ਕੇਸਰੀ ਦੇ ਲੋਕਾਂ ਨੂੰ ਇਸ ਕਰਕੇ ਲੋਕ ਮੈਨੂੰ ਜਿਹੜਾ ਸੀਗਾ ਉਹਨਾਂ ਨੇ ਅਪਰੋਚ ਕੀਤਾ ਕਿਹਾ ਮੈਂ ਆਇਆ ਕਿਉਂ ਕਿਉਂਕਿ ਆਮ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਮੈਂ ਸਧਾਰਨ ਇਨਸਾਨ ਦੀ ਜਿਹੜੀ ਹੈ ਉਹ ਹਮੇਸ਼ਾ ਗੱਲ ਕੀਤੀ ਔਰ ਹਰ ਹਰੇਕ ਸਧਾਰਨ ਇਨਸਾਨ ਜਿਹੜਾ ਹੈਗਾ ਉਹ ਮੇਰੇ ਸੇ ਪਹੁੰਚ ਕਰ ਸਕਦਾ ਇਹ ਜਿਹੜੀ ਚੀਜ਼ ਅਸੀਂ ਰਿਸਟੋਰ ਕਰਨੀ ਬਰਕਰਾਰ ਕਰਨੀ ਇੱਕ ਇੰਟੈਗਰਿਟੀ ਸਿਟੀ ਹਾਲ ਦੇ ਵਿੱਚ ਔਰ ਦੂਸਰਾ ਜਿਹੜਾ ਆਮ ਸਤਾਨ ਬੰਦਾ ਉਹਦੀ ਆਵਾਜ਼ ਜਿਹੜੀ ਆ ਉਹ ਬਣ ਕੇ ਮੈਂ ਜਾਣਾ ਹੈਗਾ ਨਾ ਕਿ ਮੇਅਰ ਜਿਹੜਾ ਹੈਗਾ ਉਹ ਚੰਦ ਬੰਦਿਆਂ ਦਾ ਪਪਟ ਬਣ ਕੇ ਜਾਂ ਉਹਨਾਂ ਦੀ ਜਿਹੜੀ ਹੈਗੇ ਵੱਡੇ ਡਿਵੈਲਪਰਸ ਦੀ ਆਵਾਜ਼ ਬਣ ਕੇ ਸਿਰਫ ਰਵੇ ਤੇ ਆਮ ਸਤਾਨ ਬੰਦੇ ਦਾ ਜਿਹੜਾ ਉਹ ਕਜੂਰਾ ਕੱਢ ਦੇ ਹੁਣ 82 ਏ ਐਵੇਨਿਊ ਤੇ ਜੱਜ ਸਾਹਿਬ ਨੇ ਅਦਾਲਤ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਆ ਕਿ ਇਹਤੂ ਵਿਅਕਤੀ ਨੇ ਬਾਵੀਉ ਦੇ ਇਸ ਦੇ ਕਿ ਸਿਟੀ ਵਾਲੇ ਉਹਦੇ ਤੇ ਸਟਾਪ ਆਰਡਰ ਲਾਉਂਦੇ ਰਹੇ ਉਹ ਪਟਕੇ ਤੇ ਉਹਨੇ ਘਰ ਟੋਟਲ ਬਦਲਤਾ ਫਿਲ ਪਾਤੀ ਕ੍ਰੀਕ ਦੇ ਵਿੱਚ ਮਿੱਟੀ ਸਿੱਟੀ ਗਈ ਉਹ ਜੱਜ ਨੇ ਕਿਹਾ ਕਿ ਸਾਰਾ ਕੁਝ ਅਨਡੂ ਕਰਨਾ ਪੈਣਾ ਅਨ ਡਰਾਈਵੇ ਪਟਨਾ ਪੈਣਾ ਸਾਰਾ ਕੁਝ ਕਰਨਾ ਜਿਹੜੀਆਂ ਉਸ ਉਹ ਜੀਆਂ ਕੰਸਟਰਕਸ਼ਨਸ ਹੋਈਆਂ ਹੋਈਆਂ ਨੇ ਜੇ ਤੁਸੀਂ ਮੇਰ ਬਣ ਜਾਂਦੇ ਹੋ ਉਹ ਤੁਸੀਂ ਇਨਹੈਰਿਟ ਕਰਨੀਆਂ ਨੇ ਉਹ ਪ੍ਰੋਬਲਮਸ ਕਿ ਮੈਂ ਡੀਲ ਕਰੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੋਊਗਾ ਕਿ ਜਿਹੜੀ ਨਵੀਂ ਕੋਈ ਵੀ ਬੰਦਾ ਦੇਖੋ ਜਿਹੜੇ ਬਾਈਲਾ ਆਫਿਸਰਸ ਹੈਗੇ ਨੇ ਉਹਨਾਂ ਨੂੰ ਜਿਹੜੀ ਹੈ ਉਹ ਕਹਾਂਗੇ ਵੀ ਇਫੈਕਟਿਵ ਕੰਪਲਾਈਂਸ ਲੈ ਕੇ ਆਉਣਾ ਉਹਨਾਂ ਦਾ ਕੰਮ ਹੈਗਾ ਉਹਨਾਂ ਨੂੰ ਸਾਨੂੰ ਇਹ ਨਹੀਂ ਹੋਊਗਾ ਕਿ ਜੇ ਕਿਸੇ ਜੀ ਦੇ ਵਿੱਚ ਜਿਹੜੀ ਹੈਗੀ ਆ ਉਹ ਕਿਸੇ ਦੀ ਇੰਟਰਫੀਰੈਂਸ ਹੋਵੇ ਇਕਾ ਦੁੱਕਾ ਜਿਹੜੇ ਮੇਅਰ ਦੇ ਚਹੇਤੇ ਆ ਜੇ ਉਹ ਕਹਿੰਦੇ ਨੇ ਉਹ ਕੰਮ ਚੱਲੀ ਜਾਵੇ ਉਹ ਅਸੀਂ ਇਮੀਡੀਏਟ ਰੋਕਾਂਗੇ ਉਦੇ ਵਿੱਚ ਇਹ ਹੈਗਾ ਕਿ ਵੱਡੇ ਫਾਈਨ ਹੋਣਗੇ ਜੇਕਰ ਕੋਈ ਵੀ ਨਵੀਂ ਕੰਸਟਰਕਸ਼ਨ ਕਰਦਾ ਉਸ ਤੋਂ ਬਾਅਦ ਜਿਹੜੀ ਪੁਰਾਣੀ ਕੰਸਟਰਕਸ਼ਨ ਹੋ ਚੁੱਕੀ ਆ ਉਸ ਦੇ ਉੱਤੇ ਜਿਹੜਾ ਹੈਗਾ ਉਹਦੇ ਉੱਤੇ ਇੱਕ ਜਿਹੜੀ ਕਮੇਟੀ ਜਿਹੜੀ ਆ ਉਹ ਬੈਠੂਗੀ ਉਹਦੇ ਵਿੱਚ ਜਿਹੜਾ ਹੈਗਾ ਉਹ ਦੇਖਿਆ ਜਾਊਗਾ ਕਿ ਉਸ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਇਫੈਕਟਿਵਲੀ ਡੀਲ ਕਰ ਸਕਦੇ ਪਰ ਇਹ ਦਾਅਵਾ ਹੈਗਾ ਕਿ ਨਮਾ ਜੇ ਕੋਈ ਇਲੀਗਲ ਕੰਸਟਰਕਕਸ਼ਨ ਕਰਦਾ ਹੈਗਾ ਉਸ ਨੂੰ ਹੈਪੀ ਬਰਥਡੇ ਫਾਇਨ ਜਿਹੜੇ ਆ ਉਹ ਹੋਣਗੇ ਔਰ ਜਿਹੜੀ ਪ੍ਰੋਪਰਲੀ ਜਿਹੜੇ ਨੇ ਆਫੀਸਰਸ ਅਸਾਈਨ ਹੋਣਗੇ ਤਾਂ ਕਿ ਉਹ ਰੈਗੂਲਰ ਜਿਹੜੀ ਹੈਗੀ ਆ ਇਸ ਤੇ ਬਾਤ ਜਿਹੜੀ ਆ ਉਹ ਰੱਖ ਸਕਣਾ ਬਿਲਡਿੰਗ ਪਰਮਿਟਸ ਇੱਕ ਹੋਰ ਸੋਰ ਪੁਆਇੰਟ ਆ ਇੱਥੇ ਸਰੀ ਦੇ ਵਿੱਚ ਨਹੀਂ ਬਾਕੀ ਮਿਊਨਿਸਪੈਲਿਟੀਆਂ ਵੀ ਆ ਇੱਥੇ ਬਹੁਤ ਜ਼ਿਆਦਾ ਬਿਲਡਿੰਗ ਪਰਮਿਟ ਲਈ ਬਹੁਤ ਲੰਬੀ ਇੰਤਜ਼ਾਰ ਕਰਨੀ ਪੈਂਦੀ ਆ ਆਮ ਸਧਾਰਨ ਲੋਕਾਂ ਨੂੰ ਵੀ ਤੇ ਬਿਲਡਰਸ ਨੂੰ ਵੀ ਉਹਦੇ ਲਈ ਕੀ ਨਵਾਂ ਕੀ ਤੋਂ ਡੇ ਇਨਕਲਾਬੀ ਕਦਮ ਕੀ ਹੋਏਗਾ ਜਿਹਦੇ ਨਾਲ ਕਿ ਇੰਨੀ ਦੇਰੀ ਨਾ ਲੱਗੇ ਦੇਖੋ ਉਹਦੇ ਵਿੱਚ ਮੈਂ ਪਰਫੈਕਟ ਐਗਜ਼ਾਮਪਲ ਦੇ ਸਕਦਾ ਵੀ ਇੱਕ ਪਲਾਨ ਜਿਹੜੀ ਸੀਗੀ ਸਿਟੀ ਹਲ ਚ ਪਿਛਲੇ ਸਤੰਬਰ ਤੋਂ ਚੱਲ ਰਹੀ ਸੀ ਜੂਨ ਜਾ ਕੇ ਉਹਨਾਂ ਨੇ ਪਰਮਿਟ ਦਿੱਤਾ ਸਾਲ ਤੋਂ ਉੱਤੇ ਜਿਹੜਾ ਔਰ ਉਸ ਪਲਾਨ ਦੇ ਵਿੱਚ ਇੱਕ ਵੀ ਚੇਂਜ ਜਿਹੜੀ ਆ ਉਹ ਸਿਟੀ ਹਲ ਨੇ ਨਹੀਂ ਕੀਤੀ ਜਦੋਂ ਇੱਕ ਇੰਜੀਨੀਅਰ ਰਿਸਪੌਂਸਿਬਿਲਟੀ ਲੈਂਦਾ ਕਿਉਂਕਿ ਮੇਰਾ ਇਹ ਫੀਲਡ ਆਫ ਇੰਟਰਸਟ ਹੈਗਾ ਮੈਂ ਆਪ ਪ੍ਰੋਫੈਸ਼ਨਲ ਇੰਜੀਨੀਅਰ ਵੀ ਹਾਂ ਲੈਂਡ ਸਰਵੇਅਰ ਵੀ ਹਾਂ ਇਧਰਲੇ ਪਾਸੇ ਮੇਰਾ ਜਿਹੜਾ ਤਜਰਬਾ ਵੀ ਆ ਉਦੇ ਵਿੱਚ ਮੈਂ ਔਰ ਜਿਹੜੇ ਐਕਸਪਰਟਸ ਨੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਅਸੀਂ ਜਿਹੜਾ ਹੈਗਾ ਇਸ ਚੀਜ਼ ਨੂੰ 2 ਮਹੀਨੇ ਤੋਂ ਥੱਲੇ ਥੱਲੇ ਜਿਹੜਾ ਹੈਗਾ ਉਹਦਾ ਜਿਹੜਾ ਟਾਈਮ ਉਹ ਲਿਆ ਸਕਦੇ ਕਿਉਂ ਕਿ ਕਿਉਂਕਿ ਜਦੋਂ ਇੱਕ ਪ੍ਰੋਫੈਸ਼ਨਲ ਇੰਜੀਨੀਅਰ ਜਿਹੜਾ ਹੈਗਾ ਉਹ ਉਹ ਤੇ ਆਪਣੀ ਜ਼ਿੰਮੇਵਾਰੀ ਲੈਂਦਾ ਇੱਕ ਜਿਹੜਾ ਆਰਕੀਟੈਕਟ ਆ ਉਹ ਪ੍ਰੇਅਰ ਕਰਦਾ ਹੈਗਾ ਸਿਟੀ ਦਾ ਕੰਮ ਤਾਂ ਇਹ ਹੈਗਾ ਕਿ ਮੇਕ ਸ਼ੋਰ ਕਰਨਾ ਕਿ ਉਹ ਚੈੱਕ ਕੀਤਾ ਉਹਦੇ ਵਿੱਚ ਇਹ ਹੈਗਾ ਕਿ ਅਸੀਂ ਇੱਕ ਸਿਸਟਮ ਜਿਹੜਾ ਹੈਗਾ ਉਹ ਆਲਰੇਡੀ ਉਹਦੇ ਤੇ ਅੰਡਰਵੇ ਹੈਗਾ ਔਰ ਉਹਦੇ ਵਿੱਚ ਜਿਹੜੇ ਐਕਸਪਰਟ ਇੰਜੀਨੀਅਰ ਨੇ ਆਰਕੀਟੈਕਟਸ ਨੇ ਉਹਨਾਂ ਨੂੰ ਬਿਠਾ ਕੇ ਜਿਹੜਾ ਹੈਗਾ ਉਹ ਜਿਹੜੀ ਹੈਗੀ ਇੱਕ ਸਿਸਟਮ ਲੈ ਕੇ ਆਵਾਂਗੇ ਤੇ ਜਿਹੜੀ ਪਲਾਨ ਹੈਗੀ ਆ ਉਹ 2 ਮਹੀਨੇ ਤੋਂ ਥੱਲੇ ਥੱਲੇ ਉਹਨਾਂ ਨੇ ਮੇਰੇ ਨਾਲ ਇਹ ਦੱਸਿਆ ਹੈਗਾ ਐਕਸਪਰਟਸ ਨੇ ਵੀ ਇਹ ਜਿਹੜੀ ਹੈ ਡੂਏਬਲ ਅੱਗੇ ਵੀ ਸੀ ਅੱਗੇ 1 ਮਹੀਨੇ ਦੇ ਵਿੱਚ ਪਲਾਨ ਮਿਲ ਜਾਂਦੀ ਸੀ ਹੁਣ ਜਿਹੜਾ ਹੈਗਾ ਇਸ ਵੇਲੇ ਸਾਲਾਂ ਵੱਧੀ ਲੱਗ ਰਿਹਾ ਪਰ ਉਹਦੇ ਵਿੱਚ ਵੀ ਤੁਸੀਂ ਦੇਖ ਲਓ ਜੇ ਪ੍ਰੋਜੈਕਟਸ ਹੈਗੇ ਨੇ ਕਿਹਦੇ ਪ੍ਰੋਜੈਕਟਸ ਅੱਗੇ ਜਾ ਰਹੇ ਨੇ ਪ੍ਰੋਜੈਕਟ ਵਾਈ ਪ੍ਰੋਜੈਕਟ ਰੱਖ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਸਿਰਫ ਉਹੀ ਬੰਦੇ ਹੋਣਗੇ ਜਿਹੜੇ ਚੰਦ ਚਿਹਤੇ ਬੰਦੇ ਮੇਅਰ ਐਂਡ ਕਾਉਂਸਲ ਦੇ ਹੈਗੇ ਮੈਂ ਕੁੜੀ ਤੁਹਾਨੂੰ ਫੇਰ ਲੈ ਕੇ ਜਾਣਾ ਚਾਹੁੰਨਾ ਵਾਪਸ ਜਿਹੜਾ 60 ਹਜ਼ਾਰ ਸੀਟਾਂ ਦਾ ਸਟੇਡੀਅਮ ਹੈ ਸਟੇਡੀਅਮ ਦੀ ਲੋਡ ਤਾਂ ਹੈਗੀ ਹੈ ਇੱਥੇ ਦੇਖੋ ਇੱਥੇ ਸਰੀ ਬਹੁਤ ਵੱਡਾ ਹੁਣ ਸ਼ਹਿਰ ਬਣ ਜਾਂਦਾ ਲੋਕ ਹੋਰ ਆਈ ਜਾਂਦੇ ਆ 60 ਹਜ਼ਾਰ ਨਹੀਂ ਤਾਂ ਇਹਦੋਂ ਘੱਟ ਕੋਈ ਸਟੇਡੀਅਮ ਦੀ ਲੋਡ ਹੈਗੀ ਹੈ ਜਾਂ ਨਹੀਂ ਦੇਖੋ ਜਿਹੜੀ ਇਸ ਵੇਲੇ ਹੈਗੀ ਹੁਣ ਰਾਤੀ ਮੈਂ ਉਹ ਉਹ ਵਾਰਸ ਉਹਨਾਂ ਦਾ ਸ਼ੋਅ ਦੇਖਣ ਗਏ ਉੱਧਰ ਗਏ ਆਪਣੇ ਸ਼ੋਅ ਦੇਖਣ ਵਾਸਤੇ ਜਦੋਂ ਆਪਾਂ ਦੇਖ ਰਿਹਾ ਕਿ ਦੂਜੇ ਸ਼ਹਿਰਾਂ ਚ ਇਸ ਵੇਲੇ ਆਪਾਂ ਨੂੰ ਜਾਣਾ ਪੈ ਰਿਹਾ ਹੈਗਾ ਦੇਖੋ ਉਹਦੇ ਵਿੱਚ ਇਹ ਨਹੀਂ ਹੈਗਾ ਦੇਖੋ 60000 ਸੀਟ ਦਾ ਜਿਹੜਾ ਸਟੇਡੀਅਮ ਆ ਉਹ ਉਹ ਬਾਇਬਲ ਨਹੀਂ ਤੁਸੀਂ ਹੁਣ ਲਾ ਲਓ BC ਪਲੇ ਸਟੇਡੀਅਮ ਉਹਦੀ ਤਕਰੀਬਨ 55 57000 ਦੀ ਮੇਰੇ ਖਿਆਲ ਕੈਪੈਸਿਟੀ ਹੈਗੀ 25000 ਤੋਂ ਵੱਧ ਕਰੇ ਜਿਹੜਾ ਦਰਸ਼ਕ ਉੱਥੇ ਨਹੀਂ ਗਿਆ ਔਰ BC ਗਵਰਨਮੈਂਟ ਅੱਜ ਤੱਕ ਵੀ ਉਹਨੂੰ ਸਬਸਾਈਡ ਕਰ ਰਹੀ ਔਰ BC ਦਾ ਜਿਹੜਾ ਟੈਕਸਪੇਅਰ ਆ ਉਹ ਦੇ ਰਿਆ ਆਪਾਂ ਨਹੀਂ ਚਾਹੁੰਦੇ ਕਿ 60000 ਦਾ ਸੀਟ ਵਾਲਾ ਸਟੇਡੀਅਮ 1.3 ਬਿਲੀਅਨ ਡਾਲਰ ਉੱਤੇ ਜਿਹੜੇ ਨੇ ਉਹ ਇੱਥੇ ਲੋਕਾਂ ਦੀ ਟੈਕਸ ਫੀਅਰ ਦੀ ਮਨੀ ਲਾ ਕੇ ਉਹ ਖਾਲੀ ਰਵੇ ਤੇ ਫੇਰ ਵੀ ਜਿਹੜਾ ਸਿਟੀ ਹਾਲ ਆ ਜਿਹੜਾ ਉਹਨੂੰ ਕੰਟੀਨਿਊਸਲੀ ਜਿਹੜਾ ਹੈਗਾ ਟੈਕਸ ਫੀਅਰਸ ਨੂੰ ਪੇ ਕਰਨ ਉਹਦੇ ਲਈ ਬਿਲਕੁਲ ਸਹਿਮਤ ਸਾਨੂੰ ਦੇਖਣਾ ਪੈਗਾ ਕਿ ਕਿਹੋ ਜਿਹਾ ਥੀਏਟਰ ਸਾਨੂੰ ਜਾਂ ਕਿ ਉਹੋ ਜਿਹਾ ਸਾਨੂੰ ਅਰੀਨਾ ਚਾਹੀਦਾ ਉਹਦੇ ਵਿੱਚ ਇਹ ਹੈਗਾ ਕਿ ਮੈਂ ਡਿਸੀਜਨ ਨਹੀਂ ਮੇਕ ਕਰੂੰ ਉਹਦੇ ਵਿੱਚ ਜਿਹੜਾ ਹੈਗਾ ਜਿਹੜੇ ਐਕਸਪਰਟ ਨੇ ਉਹ ਬੈਠ ਕੇ ਡਿਸਾਈਡ ਕਰਨ ਉਹ ਸਿਟੀ ਨੂੰ ਕਿ ਇਹੋ ਜੀਆਂ ਫੈਸਿਲਿਟੀਆਂ ਦੀ ਲੋੜ ਹੈਗੀ ਆ ਉਹ ਅਸੀਂ ਇੱਥੇ ਜਿਹੜੀਆਂ ਨੇ ਉਹ ਲੈ ਕੇ ਆਉਣੀਆਂ ਜੇ ਉਹ ਐਕਸਪਰਟ ਇਹ ਕਹਿੰਦੇ ਆ ਕਿ ਦੇਖੋ ਜੀ 30000 ਦਾ ਤਾਂ ਜ਼ਰੂਰ ਬਣਨਾ ਚਾਹੀਦਾ ਇੱਥੇ ਫਿਰ ਤੁਸੀਂ ਉਸੇਮਤ ਹੋ ਜਾਓਗੇ ਦੇਖੋ ਬਿਲਕੁਲ ਕਿਉਂਕਿ ਜੇ ਐਕਸਪਰਟ ਟੀਮ ਇਸ ਕੱਲ ਨੂੰ ਬੈਠ ਕੇ ਅਸੀਂ ਕਮੇਟੀ ਬਣਦੀ ਹੈਗੀ ਆ ਔਰ ਉਸ ਤੋਂ ਬਾਅਦ ਸਾਨੂੰ ਇਹ ਵੀ ਪਲਾਨ ਕਰਨਾ ਪੈਣਾ ਵੀ ਉਹ ਪੈਸੇ ਆਉਣੇ ਕਿੱਥੋਂ ਆ ਔਰ ਪ੍ਰਾਇੋਰਟੀ ਕੀ ਹੈ ਸਾਡੀ ਜਿਹੜੀ ਸਾਡੀ ਪ੍ਰਾਇੋਰਟੀ ਐਸ ਵੇਲੇ ਮੇਰੀ ਜਿਹੜੀ ਜੇ ਅਸੀਂ ਅੱਜ ਇਲੈਕਟਿਨ ਹੈਗੇ ਆ ਲੋਕ ਸਾਨੂੰ ਮੌਕਾ ਦਿੰਦੇ 1 ਅਕਤੂਬਰ ਦੇ ਵਿੱਚ ਤਾਂ ਫਰਸਟ ਪ੍ਰਾਇੋਰਟੀ ਜਿਹੜੀ ਹੋਣੀ ਆ ਉਹ ਪਬਲਿਕ ਸੇਫਟੀ ਹੈਗੀ ਆ ਉਹਦੇ ਵਿੱਚ ਇਹ ਮੇਕ ਸ਼ੁਰ ਕਰਨਾ ਕਿ ਜਿਹੜੀ ਪੁਲਿਸ ਦੀ ट्रांजिशन ਹੈਗੀ ਆ ਇਫੈਕਟਿਵਲੀ ਔਰ ਜਿਹੜੀ ਹੈਗੀ ਆ ਉਹ ਛੇਤੀ ਤੋਂ ਛੇਤੀ ਜਿਹੜੀ ਹੈਗੀ ਆ ਉਹ ਕਿਸ ਤਰੀਕੇ ਦੇ ਨਾਲ ਸੂਬੇ ਦੀ ਸਰਕਾਰ ਨਾਲ ਮਿਲ ਕੇ ਅਸੀਂ ਇਹ ਜਿਹੜੀ ਹੈਗੀ ਇਹਨੂੰ ਲੈ ਕੇ ਆ ਸਕਦੇ ਹਾਂ ਔਰ ਦੂਸਰਾ ਇਹ ਹੈਗਾ ਆਲਰੇਡੀ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਡਿਗਰੀਡੇਟ ਹੋ ਚੁੱਕਿਆ ਤੁਸੀਂ ਗੱਲ ਕੀਤੀ ਆ ਜਿਹੜੀਆਂ ਐਸ ਵੇਲੇ ਲੋਕਾਂ ਦੇ ਪ੍ਰੋਜੈਕਟਸ ਨੇ ਚਾਹੇ ਉਹ ਬਿਲਡਿੰਗ ਪਰਮਿਟਸ ਨੇ ਉਹਨਾਂ ਨੂੰ ਸਾਲਾਂ ਬੱਧੀ ਲੱਗ ਰਿਹਾ ਉਹਦੇ ਲਈ ਸਾਨੂੰ ਨਵਾਂ ਸਟਾਫ ਜਿਹੜਾ ਹੈਗਾ ਉਹ हायर ਕਰਨਾ ਪੈਣਾ ਚਾਹੇ ਉਹ ਬਿਲਡਿੰਗ ਇਨਸਪੈਕਟਰ ਨੇ ਚਾਹੇ ਉਹ ਪਲਾਨ ਚੈੱਕ ਕਰਨੇ ਚਾਹੇ ਉਹ ਪਲੈਨਰ ਨੇ ਉਹ ਅਸੀਂ ਉਹਦੇ ਵਿੱਚ ਅਜੇ ਫੈਡਰਲ ਗਵਰਨਮੈਂਟ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਵੀ ਜਿਹੜੀ ਆ ਉਹ ਮਦਦ ਕਰ ਰਹੀ ਆ ਉਹਦੇ ਵਿੱਚ ਫੈਡਰਲ ਗਵਰਨਮੈਂਟ ਨੇ 4 ਬਿਲੀਅਨ ਡਾਲਰ ਪਾਇਆ ਮਿਸਟਰ ਈਬ ਜਿਹੜੇ ਹੁਣ ਲੜ ਰਹੇ ਨੇ ਪ੍ਰੀਮੀਅਰ ਦੀ ਸੀਟ ਲਈ ਉਹਨਾਂ ਨੇ ਵੀ ਜਿਹੜਾ ਹੈਗਾ ਇਸ ਪਾਸੇ ਜਿਹੜੀ ਹੈਗੀ ਤਵੱਜਹ ਦਿੱਤੀ ਸੋ ਉਹ ਜਿਹੜਾ ਹੈ ਫੈਡਰਲ ਗਵਰਨਮੈਂਟ ਤੇ ਪ੍ਰਿੰਸ਼ੀਅਲ ਗਵਰਨਮੈਂਟ ਨਾਲ ਰਾਲ ਕੇ ਜਿਹੜੀ ਫਰਸਟ ਪ੍ਰਾਇੋਰਟੀ ਹੋਏਗੀ ਜਿਸ ਤਰ੍ਹਾਂ ਪਬਲਿਕ ਸੇਫਟੀ ਉਸ ਤੋਂ ਬਾਅਦ ਸਾਡਾ ਜਿਹੜਾ ਹੈਗਾ ਇਹ ਪਰਮਨੈਂਟਸ ਪ੍ਰੋਸੈਸ ਉਸ ਤੋਂ ਬਾਅਦ ਪਾਰਕਸ ਐਂਡ ਰਿਕਰੀਏਸ਼ਨ ਦੀ ਗੱਲ ਕਰ ਲਈਏ ਨਾ ਮਿਸਟੈਂਡ ਤੁਸੀਂ ਜਦੋਂ ਦੇਖੋਗੇ ਅੱਜ ਮੈਂ ਸੌਲਸਰ ਜੀ ਗਿਆ ਉੱਥੇ ਜਾ ਕੇ ਤੁਸੀਂ ਦੇਖੋ ਸੌਫਟਬਾਲ ਸਿਟੀ ਅ ਤੁਹਾਡਾ ਮਨ ਖੁਸ਼ ਹੋ ਜਾਂਦਾ پارک ਦੇ ਵਿੱਚ ਸਾਰੀਆਂ ਸਹੂਲਤਾਂ ਨੇ ਜਾ ਕੇ ਮੈਂ ਹੁਣ ਗਿਲਫਰਡ ਚ ਵੀ ਜਾ ਕੇ ਦੇਖਿਆ ਮੈਂ ਇਧਰ ਗ੍ਰੀਨ ਟੈਂਬਰ ਚ ਵੀ ਜਾ ਕੇ ਦੇਖਿਆ ਨਿਊਟਨ ਚ ਵੀ ਅਸਵਿਲੇ ਜਿਹੜੀ ਹੈਗੀ ਆ ਆਮ ਲੋਕੇ ਮੰਗ ਕਰ ਰਹੇ ਆ ਵੀ ਜਿਹੜੇ ਪਾਰਕਸ ਹੈਗੇ ਨੇ ਸਾਡੇ ਉਹਨਾਂ ਦੇ ਉੱਤੇ ਜਿਹੜੀ ਤਵੱਜੋ ਆ ਉਹ ਦਿੱਤੀ ਜਾਵੇ ਤਾਂ ਕਿ ਆਮ ਬੱਚੇ ਜਿਹੜੇ ਨੇ ਸਧਾਰਨ ਲੋਕਾਂ ਦੇ ਬੱਚੇ ਜਿਹੜੇ ਆ ਉਹ ਆਪਣਾ ਪੋਟੈਂਸ਼ੀਅਲ ਰੀਅਲਾਈਜ਼ ਕਰਨ ਲਈ ਫੁੱਲ ਪੋਟੈਂਸ਼ੀਅਲ ਰੀਅਲਾਈਜ਼ ਕਰਨ ਲਈ ਐਕਟਿਵ ਲਾਈਫ ਸਟਾਈਲ ਹੋਰ ਸੀਨੀਅਰ ਸਾਡੇ ਜਿਹੜੇ ਆ ਉਹ ਵੀ ਸਰੀਲੀ ਯੂਜ਼ ਕਰ ਸਕਣ ਇਹੋ ਜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਡੀ ਫਰਸਟ ਪ੍ਰਾਇੋਰਟੀ ਜਿਹੜੀ ਹੈਗੀ ਆ ਉਸ ਦੇ ਆਧਾਰ ਤੇ ਚੱਲੋ ਅੱਛਾ ਸਰੀ ਦੀ ਜਿਹੜੀ ਕਾਉਂਸਲ ਆ ਉਹ 8+1 ਤੁਹਾਡੇ ਕੋਲ ਪੂਰੀ ਸਲੀਟ ਹੈਗੀ ਪੁਲਿਸ ਲੇਟ ਹੈ ਇਹ ਹੈਗਾ ਸਾਡੇ 8 ਕੈਂਡੀਡੇਟ ਜਿਹੜੇ ਨੇ ਉਹ ਆ ਚੁੱਕੇ ਨੇ ਔਰ ਉਹ ਅਸੀਂ ਆਲਰੇਡੀ ਜਿਹੜੇ ਹੈਗੇ ਨੇ ਉਹ ਅਨਾਉਂਸ ਕਰ ਦਿੱਤੇ ਨੇ ਐਂਡ ਵੈਬਸਾਈਟ ਦੇ ਉੱਤੇ ਵੀ ਜਿਹੜਾ ਹੈਗਾ unitedsri.com ਤੇ ਜਾਨਨੇ ਹੋ ਉਹਦੇ ਉੱਤੇ ਸਾਰੇ ਉਹ ਨੰਦੀ ਲਿਸਟ ਹੈਗੀ ਜਿਹੜੀ ਬਰਕਰਾਰ ਹੈਗੀ ਅਖੀਰ ਚ ਸਾਨੂੰ ਦੱਸੋ ਤੁਸੀਂ ਜਿੱਤਣ ਲਈ ਪੰਜਾਬੀ ਵੋਟਰਸ ਤੇ ਭਾਰਤੀ ਵੋਟਰਸ ਦੇ ਉੱਤੇ ਨਿਰਭਰ ਕਰ ਰਹੇ ਹੋ ਬਿਲਕੁਲ ਨਹੀਂ ਕਿਉਂਕਿ ਜੇ ਰੱਖੋ ਤੁਸੀਂ ਸਾਡੀ ਸਲੀਟ ਜਿਹੜੀ ਹੈਗੀ ਆ ਜਾਂ ਜਿਹੜੀ ਸਾਡੀ ਟੀਮ ਹੈਗੀ ਹੈ ਜੁਨਾਈਟਿਡ ਸਰੀ ਦੀ ਉਹ ਬੜੀ ਡਾਈਵਰਸ ਟੀਮ ਹੈ ਜੀ ਚਾਹੇ ਤੁਸੀਂ ਉਹਨੂੰ ਪਾਰਟੀ ਪੋਲਿਟਿਕਸ ਤੋਂ ਦੇਖ ਲੋ ਐਨਡੀਪੀ ਦੇ ਫਾਰਮਰ ਜਿਹੜੇ ਮੈਂਬਰ ਪਾਰਲੀਮੈਂਟ ਜਸਵੀਰ ਸੰਧੂ ਉਹ ਵੀ ਰਨ ਕਰ ਰਹੇ ਨੇ ਕੰਜ਼ਰਵੇਟਿਵ ਪਾਰਟੀ ਦੀ ਗੱਲ ਕਰ ਲਈਏ ਜੈਫ ਬ੍ਰਿਜ ਜਿਹੜੇ ਐਕਟਿਵਲੀ ਇਨਵੋਲਡ ਹੈਗੇ ਬਹੁਤ ਲੰਮਾ ਸਮੇਂ ਤੋਂ ਕੰਜ਼ਰਵੇਟਿਵ ਪਾਰਟੀ ਦੇ ਪ੍ਰੈਜ਼ੀਡੈਂਟ ਵੀ ਹੈਗੇ ਨੇ ਐਸਪਰੈਟ ਪ੍ਰੋਪਰਟ ਕਲ ਰਾਈਟਿੰਗ ਦੇ ਉਹ ਸਾਡੇ ਵਿੱਚ ਨੇ ਔਰ ਉਸ ਤੋਂ ਬਾਅਦ ਦੇਖੋ ਕਿ ਵੱਖ-ਵੱਖਰੇ ਏਰੀਆ ਦੇ ਵਿੱਚੋਂ ਔਰ ਵੱਖ-ਵੱਖਰੀ ਕਮਿਊਨਿਟੀ ਤੋਂ ਚਾਈਨੀਜ਼ ਕਮਿਊਨਿਟੀ ਤੋਂ ਬੈਕੀ ਜੂ ਲੈ ਹੈਗੇ ਨੇ ਔਰ ਮੁਸਲਮ ਕਮਿਊਨਿਟੀ ਤੋਂ ਜਬੀਨ ਸਾਹਿਬ ਬਹੁਤ ਜਿਹੜੀ ਹੈ ਦੀ ਬਹੁਤ ਲੰਮੇ ਸਮੇਂ ਤੋਂ 60 ਦੇ ਵਿੱਚ ਇਥੇ ਆਈ ਔਰ ਦੋਨੇ ਪਾਸੇ ਤੋਂ ਦੇ ਪੇਰੈਂਟਸ ਵਾਲਿਆਂ ਪਾਸੋਂ ਵੀ ਔਰ ਇਨਲਾਜ਼ ਵਾਲੇ ਪਾਸੋਂ ਵੀ ਜਿਹੜੀ ਕਮਿਊਨਿਟੀ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਉਹਨਾਂ ਦੀ ਫੈਮਿਲੀ ਦੀ ਦੇਣ ਹੈਗੀ ਆ ਸੋ ਜਦੋਂ ਆਪਾਂ ਗੱਲ ਕਰਦੇ ਹੈਗੇ ਆ ਡਾਈਵਰਸਿਟੀ ਦੀ ਤੁਸੀਂ ਟੀਮ ਜਦੋਂ ਦੇਖੋਗੇ ਬੜੀ ਡਾਈਵਰਸ ਟੀਮਾਂ ਔਰ ਬੱਖੋ-ਵੱਖਰੇ ਏਰੀਆਜ਼ ਤੋਂ ਲਈ ਹੋਈ ਆ ਔਰ ਲੋਕ ਸੌਸਰੀ ਦੇ ਵਿੱਚ ਵੀ ਅਸੀਂ ਹੁਣ ਜਾ ਕੇ ਕੈਂਪੇਨ ਕਰ ਰਹੇ ਆ ਤਾਂ ਲੋਕ ਇਹੀ ਚੀਜ਼ ਸਾਨੂੰ ਕਹਿ ਰਹੇ ਨੇ ਵੀ ਉਹ ਤੰਗ ਆ ਚੁੱਕੇ ਨੇ ਇਸ ਜਿਹੜਾ ਮੇਅਰ ਦੇ ਮਾਈ ਵੇ ਔਰ ਹਾਈਵੇ ਅਪਰੋਚ ਤੋਂ ਉਹ ਐਸਪਰੇ ਚਾਹੁੰਦੇ ਨੇ ਕਿ ਸਾਨੂੰ ਉਹ ਚਾਹੀਦਾ ਮੇਅਰ ਜਿਹੜਾ 8 ਕਾਉਂਸਲਰ ਤੁਸੀਂ 8 ਕਾਉਂਸਲਰ ਦੀ ਗੱਲ ਕੀਤੀ ਨਾ ਉਹਦੇ ਵਿੱਚ ਇਹ ਜ਼ਰੂਰੀ ਨਹੀਂ ਵੀ 8 ਕਾਉਂਸਲਰ ਇੱਕੋ ਸਲੀਟ ਦੇ ਚੁਣੇ ਜਾਣਗੇ ਹੋ ਸਕਦਾ ਬੱਖੋ ਬੱਕਰੀਆਂ ਟੀਮਸ ਤੋਂ ਜਿਹੜੇ ਕਾਉਂਸਲਰ ਉਹਦੇ ਵਿੱਚ ਜਿਹੜਾ ਮੇਅਰ ਉਹ ਚਾਹੀਦਾ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਜਿਹੜਾ ਹੈਗਾ ਉਹ ਚੱਲੇ ਤਾਂ ਕਿ ਜਿਹੜਾ ਹੈਗਾ ਸਰੀ ਦੇ ਲੋਕਾਂ ਦੇ ਲਈ ਬੈਸਟ ਜਿਹੜਾ ਸੀ ਚੀਜ਼ ਕਰ ਸਕਦੇ ਆ ਉਹ ਕਰ ਸਕੇ ਬਹੁਤ ਮਿਹਰਬਾਨੀ ਸਮਾਂ ਦੇਣ ਲਈ ਤੇ ਤੁਹਾਡਾ ਟੈਲੀਫੋਨ ਨੰਬਰ ਕੀ ਹੈ ਜੇ ਤੁਹਾਨੂੰ ਕਿਸੇ ਨੂੰ ਪਹੁੰਚ ਕਰਨਾ ਉਹੀ ਨੰਬਰ ਹੈ ਸਾਰਜਨ ਸਿੰਘ ਜੀ ਦਾ ਦੇਖੋ ਇਹ ਚੀਜ਼ ਐਕਸੈਸੀਬਿਲਟੀ ਲਈ ਤੁਹਾਨੂੰ ਪਤਾ ਕਿ ਕੋਈ ਇਸ ਕਾਲ ਨੂੰ ਨਹੀਂ ਕਹਿ ਸਕਦਾ ਕਦੇ ਵੀ ਵੀ ਸੁਖਤਾਲੀ ਵਾਲ ਐਕਸੈਸੀਬਲ ਨਹੀਂ ਉਹ 604 626 5000 ਇਹ ਹੋ ਸਕਦਾ ਵੀ ਕਿਤੇ ਅਨਸਰ ਨਾ ਹੋਵੇ ਉਹਦੇ ਤੇ ਤੁਸੀਂ WhatsApp ਤੇ ਮੈਸੇਜ ਛੱਡ ਸਕਦੇ ਨੇ ਤੁਹਾਡੇ ਸ੍ਰੋਤ ਤੇ ਔਰ ਟੈਕਸਟ ਮੈਸੇਜ ਛੱਡ ਸਕਦੇ ਨੇ ਔਰ ਜਾਂ ਹੁਕਾਲ ਕਰਕੇ ਵੌਇਸ ਮੈਸੇਜ ਛੱਡਦੇ ਤਾਂ ਹਮੇਸ਼ਾ ਉਹਨਾਂ ਨੂੰ ਜਿਹੜੀ ਕਾਰ ਆ ਉਹ ਵਾਪਸ ਆਏਗੀ अच्छा ओवर द इयर्स ਜਿਹੜਾ ਤੁਹਾਡਾ ਪਰਸਨਲ ਰਜਿਸਟਰ ਕਰੇ ਹੱਥ ਨਾਲ ਕਿੰਨੇ ਕੁ ਲੋਕਾਂ ਦੇ ਨਾਂ ਤੇ ਨੰਬਰ ਲਿਖੇ ਹੋਏ ਨੇ ਦੇਖੋ ਜੀ ਇਹ ਹੈ ਕਿ ਮੈਂ ਬਹੁਤ ਬੜ ਭਾਗੀਆਂ ਕਿਉਂਕਿ ਦੇਖੋ ਜਦੋਂ ਆਪਾਂ ਪਿਛਲਾ ਰੈਕਡ ਦੇਖੀਏ ਲਿਬਰਲਲੀ ਪਰਸੈਂਟਾਈਲ ਦੇਖੀਏ ਬੋਟ ਦੀ ਤਾਂ ਪਿਛਲੇ ਇਲੈਕਸ਼ਨਾਂ 'ਚ ਦੇਖੋ ਤਾਂ ਵੈਸਟਰਨ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਵੋਟ ਜੇ ਲਿਬਰਲ ਪਾਰਟੀ ਨੂੰ ਪਰਸੈਂਟਾਈਲ ਪੈਂਦੀ ਹੈਗੀ ਤਾਂ ਉਹ ਸਾਰੀ ਨਿਊਟਰਲ ਦੇ ਲੋਕਾਂ ਨੇ ਜਿਹੜੀ ਹੈ ਉਹ ਪਾਈ ਹੈਗੀ ਸੋ ਇੱਕ ਬਹੁਤ ਵੱਡੀ ਜਿਹੜੀ ਮੈਂ ਸੋਚਦਾ ਕਿ ਲੋਕਾਂ ਦੀ ਮੇਰੀ ਜ਼ਿੰਦਗੀ ਦੇ ਵਿੱਚ ਦੇਣ ਹੈਗੀ ਔਰ ਮੇਰੇ ਪਰਸਨਲ ਸਬੰਧ ਜਿਹੜੇ ਆ ਬਹੁਤ ਵੱਡੀ ਤਦਾਦ ਦੇ ਵਿੱਚ ਲੋਕਾਂ ਦੇ ਨਾਲ ਬਣੇ ਨੇ ਉਹ ਜਿਹਨਾਂ ਚਿੱਠੀ-ਝੁੱਠੀ ਦਿੱਤੀ ਨੰਬਰ ਜਿਹੜੇ ਇਹ ਕਹਿਣਾ ਬੜਾ ਮੁਸ਼ਕਲ ਆ ਪਰ ਮੈਂ ਇਹ ਕਹਿ ਸਕਦਾ ਕਿ ਜਦੋਂ ਮੈਂ ਆਊਟ ਪਬਲਿਕ ਦੇ ਵਿੱਚ ਹੈਗਾ ਜਾ ਰਿਹਾ ਤਾਂ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਜਿਹੜੇ ਨੇ ਉਹ ਆ ਕੇ ਮੈਨੂੰ ਮਿਲ ਰਹੇ ਨੇ ਔਰ ਉਹ ਆਪ ਕਹਿ ਰਹੇ ਨੇ ਵੀ ਅਸੀਂ ਜਿਹੜੀ ਹੈਗੀ ਆ ਵੋਟ ਤੈਨੂੰ ਪਾਉਣੀ ਆ ਅੱਜ ਵੀ ਜਿਹੜਾ ਹੈਗਾ ਜੇ ਕੋਈ ਆਮ ਸਧਾਰਨ ਬੰਦੇ ਦੀ ਆਵਾਜ਼ ਸਿਟੀ ਹਾਲ ਚ ਲੈ ਕੇ ਜਾ ਸਕਦਾ ਤਾਂ ਉਹ ਸੁਖਤਾਰੀਵਾਲ ਸੋ ਉਸ ਤੇ ਮੈਂ ਨਿਰਪੱਖ ਰਹਿ ਰਹੇ ਹਾਂ ਵੀ ਨੰਬਰ ਮੈਂ ਗਿਣੇ ਨਹੀਂ ਪਰ ਇੱਕ ਚੀਜ਼ ਮੈਨੂੰ ਜ਼ਰੂਰ ਆ ਕਿ ਲੋਕਾਂ ਨੇ ਮੈਨੂੰ ਆਪਣੇ ਪਰਿਵਾਰ ਦਾ ਅੰਗ ਬਣਾਇਆ ਤੇ ਮੈਂ ਵੀ ਲੋਕਾਂ ਨੂੰ ਆਪਣੇ ਪਰਿਵਾਰ ਦਾ ਅੰਗ ਬਣਾ ਕੇ ਚੱਲਦਾ ਉਹਦੇ ਵਿੱਚ ਬਹੁਤ ਵੱਡੀ ਗਣਤੀ ਹੈਗੀ ਆ ਤੇ ਮੈਂ ਉਸ ਸਿਰਮੱਥ ਤੇ ਉਹਨਾਂ ਦੀ سپورਟ ਜਿਹੜੀ ਮੈਨੂੰ ਪਿਛਲੇ 5 ਸਾਲ ਮੈਂਬਰ ਆਫ ਪਾਰਲੀਮੈਂਟ ਚੁਣ ਕੇ ਭੇਜਣਾ ਤੇ ਹੋਪਫੁਲੀ ਜਿਹੜਾ ਹੈਗਾ ਉਹ ਸਾਡੀ ਯੂਨਾਈਟਿਡ ਸਰੀ ਦੀ ਟੀਮ ਜਿਹਦੇ ਵਿੱਚ ਮੇਰਲ ਕੈਂਡੀਡੇਟ ਸੁਖਤਾਲੀਵਾਲ ਤੇ 8 ਹੋਰ ਕੈਂਡੀਡੇਟ ਜਿਹੜੇ ਆ ਉਹਨਾਂ ਨੂੰ 15 ਅਕਤੂਬਰ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਉਣਗੇ ਤੇ ਉਹਨਾਂ ਦੀ ਆਵਾਜ਼ ਜਿਹੜੀ ਹੋਊਗੀ ਤਾਂ ਉਸ ਸਿਟੀ ਦੇ ਵਿੱਚ ਆਮ ਸ 市ਦਾਨ ਬੰਦੇ ਦੀ ਬਾਜ ਜਿਹੜੀ ਆ ਉਹ ਗੜਕੂਗੀ ਸੁਖਤਾਲੀਵਾਲ ਜ ਤਨਵਾਦ ਸਰ ਅਰਜਨ ਸਿੰਘ ਜੀ ਤੁਸੀਂ ਚਰਦੀ ਕਲਚਰ ਨੂੰ ਅਸੀਸ ਤੁਹਾਨੂੰ ਤਰੇ ਦੇ ਵੀ ਸਾਨੂੰ ਮਾਣ ਆ ਤੇ ਪ੍ਰਮਾਤਮਾ ਤੁਹਾਨੂੰ ਚੰਗੀ ਸਿਹਤ ਦੇਵੇ ਤਾਂ ਕਿ ਤੁਸੀਂ ਸਾਡੀ ਸੇਵਾ ਜਿਹੜੀ ਹੈ ਉਹ ਕਰਦੇ ਰਹੋ ਚਰਦੀ ਕਲਾ ਤੁਹਾਨੂੰ ਤੇ ਰੈਡ ਐਫ ਐਮ ਦੇ ਸਮੂਥ ਸੁਲਤਾਨ ਥੈਂਕ ਯੂ ਜੀ